ਸਬਸਕ੍ਰਾਈਬ ਕਰੋ ਦਿਵਿਆ ਪੰਜਾਬ। ਗੁਰ ਕਲੋਨੀ ਤੋਂ ਆਏ ਜੀ ਸਾਰੇ ਪਰਿਵਾਰ ਦੇ ਮੈਂਬਰ ਆ ਜਿਹੜੇ ਪਿਛਲੇ ਦਿਨੀ ਗਟਰ 'ਚ ਦੋ ਜਵਾਨਾਂ ਦੀ ਮੌਤ ਹੋ ਗਈ, ਉਸ ਦੇ ਸੰਬੰਧ ਵਿੱਚ ਪਰਿਵਾਰਕ ਮੈਂਬਰ ਆਏ ਆ। ਮੈਂ ਚਾਚਾ ਉਹਨਾਂ ਦਾ ਬੋਲਦਾ ਜੀ, ਵੀਰ ਜੀ। ਮੈਂ ਬ੍ਰਦਰ ਆ ਜੀ ਉਹਦਾ। ਮੈਂ ਉਹਦਾ ਜੀਜਾ ਜੀ। ਮੈਂ ਜੀ ਉਹਨਾਂ ਦੇ ਪੈਦਲ ਲੱਗਦਾ ਜੀ। ਬਿਲਕੁਲ, ਸਾਡੇ ਗੁਆਂਢ ਹੀ ਬਹੁਤ, ਸਾਡੇ ਇੱਕ ਬੁੜੀ ਸਾਂਸ ਸੀ ਜੀ, ਅਤੇ ਇੱਕ ਉਹਨਾਂ ਨੇ ਜੋ ਸ਼ਰਾਰਤੀ ਅੰਸਰ ਭੇਜੀ ਆ, ਜਿਹੜੇ ਦੋਸ਼ੀ ਸੀ ਸ਼ਸ਼ੀਲ ਕੁਮਾਰ ਸ਼ੀਲਾ ਜੀ, ਉਹਨਾਂ ਨੇ ਤਾਂ ਇੱਕ ਹੋਰ ਇੱਕ ਜਦੋਂ ਉਹਨਾਂ ਨੂੰ ਉੱਤੇ ਦੋਸ਼ ਪਤਾ ਕਿ ਸਾਡੇ 'ਤੇ ਲੱਗਣਾ ਅਸੀਂ ਦੋਸ਼ੀ ਹਾਂ, ਉਹਨਾਂ ਨੂੰ ਖੁਦ ਨੂੰ ਪਤਾ ਲੱਗ ਗਿਆ, ਅਤੇ ਇੱਕ ਅੱਜ ਫਿਰ ਉਹਨਾਂ ਨੇ ਇੱਕ ਖਨੌਲੀ ਹੱਤਰ ਹਰਕਤ ਜਿਹੜੀ ਉਹ ਕੀਤੀ ਆ, ਅਤੇ ਉਹਨਾਂ ਨੇ ਕੋਈ ਸ਼ਰਾਰਤੀ ਅੰਸਰ ਜਿਹੜੇ ਭੇਜ ਕੇ ਅਤੇ ਪਰਿਵਾਰਕ ਮੈਂਬਰਾਂ ਨੂੰ ਗੁੰਮਰਾਹ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ, ਅਤੇ ਇੱਕ ਉਲਟੇ ਸਿੱਧੇ ਉਹਨਾਂ ਨੇ ਅੱਜ ਫਿਰ ਕੋਈ ਸੈਨ ਜਿਹੜੇ ਆ ਉਹ ਕਮੇਟੀ ਦਫ਼ਤਰੇ ਖੜ ਕੇ ਅਤੇ ਉਹਨਾਂ ਨੇ ਕਰਵਾਏ ਆ, ਇੱਕ ਵਿਜੇ ਪ੍ਰਤਾਪ ਦੀ ਦੇ ਬ੍ਰਦਰ ਅਤੇ ਇੱਕ ਉਹਨਾਂ ਦੀ ਉਹਨਾਂ ਦਾ ਸਾਲਾ ਸਾਹਿਬ ਸੀ, ਅਤੇ ਉਹ ਨਸ਼ੀਲੇ ਟਾਈਪ ਦੇ ਬੰਦੇ ਆ, ਨਸ਼ੀਲੇ ਟਾਈਪ ਦੇ ਬੰਦੇ ਆ ਜੀ, ਉਹਨਾਂ ਨੂੰ ਨਸ਼ੇ ਦਾ ਲਾਲਚ ਦੇ ਕੇ ਅਤੇ ਉਹਨਾਂ ਕੋਲ ਉਲਟੇ ਸਿੱਧੇ ਜਿਹੜੇ ਆ ਸੈਨ ਕਰਵਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਆ, ਕੋਸ਼ਿਸ਼ ਨਹੀਂ ਮਤਲਬ ਕਰਵਾਏ ਵੀ ਆ, ਅਤੇ ਇਸ ਚੀਜ਼ ਦਾ ਜਿਹੜਾ ਵਾ ਇਹ ਅਸੀਂ ਅਕਸਰ ਕੋਈ ਨਾ ਕੋਈ ਲਿਆ ਜਾਵੇ ਕੱਲ੍ਹ ਨੂੰ, ਕਿਉਂਕਿ ਵੇਖੋ ਇਹ ਦੋਸ਼ੀ ਬੰਦੇ ਜੇ ਅੱਜ ਜੇ ਇਹੋ ਜਿਹੀ ਹਰਕਤਾਂ ਕਰ ਸਕਦੇ ਆ ਤੇ ਕੱਲ ਨੂੰ ਇਹਨਾਂ ਨੂੰ ਜਾਨ ਮਾਲ ਦਾ ਵੀ ਥੋੜਾ ਜਿਹਾ ਜਿਹੜਾ ਖਤਰਾ ਹੈ ਜੀ, ਸਾਨੂੰ ਇਹਨਾਂ ਨੂੰ ਜਾਨ ਮਾਲ ਦਾ ਵੀ ਖਤਰਾ ਹੈਗਾ, ਕੁਝ ਵੀ ਕਰ ਜਾਂਦੇ ਆ, ਕੁਝ ਵੀ ਕਰ ਸਕਦੇ ਆ, ਵਿਧਾਇਕ ਸਾਹਿਬ ਇਹਨਾਂ ਦੇ ਨਾਲ ਆ, ਤੇ ਆਪਣੇ ਜਿਹੜੇ ਇਸ ਇਲਾਕੇ ਦੇ ਵਿਧਾਇਕ ਸਾਹਿਬ ਆ, ਸਿਆਸੀ ਪਾਰਟੀ ਸਾਰੀ ਇਹਨਾਂ ਦੇ ਨਾਲ ਸਰ। ਅਸੀਂ ਪ੍ਰਸ਼ਾਸਨ ਦੇ ਗਾੜੀਏ ਬੇਨਤੀ ਕਰਦੇ ਹਾਂ ਕਿ ਇਹਨਾਂ ਚੀਜ਼ਾਂ ਦੇ ਉੱਤੇ ਕੰਟਰੋਲ ਕੀਤਾ ਜਾਵੇ ਅਤੇ ਜੋ ਅਸੀਂ ਇਹ ਸ਼ਿਕਾਇਤ ਕੀਤੀ ਆ ਇਹਦੇ ਉੱਤੇ ਅਮਲ ਜਲਦ ਤੋਂ ਜਲਦ ਕੀਤਾ ਜਾਵੇ, ਇਹਨਾਂ ਦੇ ਜਿਹੜਾ ਵਾ ਜੋ ਬਣਦੀ ਕਾਰਵਾਈ ਇਹਨਾਂ ਦੇ ਉੱਤੇ ਕੀਤੀ ਜਾਵੇ। ਅਤੇ ਦੂਸਰੀ ਗੱਲ ਇੱਥੇ ਹੋਰ ਹੈ ਕਿ ਜਿਹੜੇ ਇਹਨਾਂ ਨੂੰ ਠੇਕਾ ਜਿਹੜਾ ਦਿੱਤਾ ਗਿਆ ਵਾ, ਅਸੀਂ ਇਹ ਮੰਗ ਕਰਦੇ ਹਾਂ ਵੀ ਇਹਦਾ ਵੀ ਜਿਹੜੀ ਆ ਕੁਛ ਕੀਤੀ ਜਾਵੇ ਵੀ ਇਹ ਕਿੱਦਾਂ ਠੇਕਾ ਦਿੱਤਾ ਗਿਆ ਵਾ, ਇੱਕ ਬਿਲਕੁਲ ਹੀ ਇਹਨਾਂ ਨੂੰ ਕੋਈ ਵੀ ਇਸ ਚੀਜ਼ ਦਾ ਹੈ ਨਹੀਂ ਆ, ਐਕਸਪੀਰੀਅੰਸ ਨਹੀਂ ਹੈਗਾ ਜਿਹਨਾਂ ਨੂੰ ਠੇਕਾ ਦਿੱਤਾ ਗਿਆ ਵਾ, ਇਹ ਕਿਹਦੇ ਕਹਿਣ 'ਤੇ ਦਿੱਤਾ ਗਿਆ ਵਾ, ਇਸ ਚੀਜ਼ ਦੀ ਬਿਲਕੁਲ ਕਾਰਵਾਈ ਜਿਹੜੀ ਆ ਇਹ ਕੀਤੀ ਜਾਵੇ ਅਤੇ ਉਹਨਾਂ ਉੱਤੇ ਵੀ ਕੀਤੀ ਜਾਵੇ ਜਿਨ੍ਹਾਂ ਦੇ ਪ੍ਰੈਸ਼ਰ 'ਤੇ, ਜਿਨ੍ਹਾਂ ਦੇ ਦਬਾਅ ਦੇ ਹੇਠਾਂ ਇਹਨਾਂ ਨੂੰ ਠੇਕੇ ਮਿਲੇ ਆ, ਇਹ ਕਿੰਨੇ ਠੇਕਾ ਦਿੱਤਾ ਵਾ ਇਹਨਾਂ ਨੂੰ, ਬਿਲਕੁਲ ਜਿਹਨਾਂ ਨੂੰ ਕੋਈ ਇਹਦੇ ਵਿੱਚ ਪਤਾ ਹੀ ਨਹੀਂ ਹੈਗਾ ਵੀ ਇਹ ਠੇਕੇਦਾਰੀ ਕੀ ਚੀਜ਼ ਹੈ, ਇਹਨਾਂ ਨੂੰ ਟੈਂਡਰ ਕਿਹਨੇ ਦਿੱਤਾ ਵਾ, ਇਹ ਵੀ ਅਸੀਂ ਮੰਗ ਕਰਦੇ ਹਾਂ ਵੀ ਬਿਲਕੁਲ ਉਹਨਾਂ ਦੇ ਉੱਤੇ ਵੀ ਜੋ ਕਾਰਵਾਈ ਇਹਨਾਂ ਦੇ ਉੱਤੇ ਬਣਦੀ ਦੋਸ਼ੀਆਂ ਦੇ ਉੱਤੇ ਉਹ ਵੀ ਉਹਨੇ ਦੋਸ਼ੀ ਆ ਜਿਨ੍ਹਾਂ ਨੇ ਇਹਨਾਂ ਨੂੰ ਠੇਕਾ ਦਵਾਇਆ ਵਾ, ਉਹਨਾਂ ਉੱਤੇ ਵੀ ਜਿਹੜੀ ਆ ਕਾਰਵਾਈ ਕੀਤੀ ਜਾਵੇ ਜੀ।